ਚੇਂਜ ਕਰਤੀ ਲੁੱਕ ਆਪਣੇ ਏਸ ਟਰੈਕਟਰ ਦੀ। ਆ ਮਹਿੰਦਰੇ ਨੂੰ ਦੇਖਦੇ ਹਾਂ ਵੀ ਇਹਨੂੰ ਕੀ ਪ੍ਰੋਬਲਮ ਆਈ ਹੈ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਜੀ ਮੁੰਡਿਓ ਅੱਜ ਦੇ ਇੱਕ ਨਵੇਂ ਵਲੋਗ ਦੇ ਵਿੱਚ। ਅਤੇ ਆਹ ਦੇਖੋ ਤੁਸੀਂ ਵਲੋਗ ਦੀ ਸਟਾਰਟਿੰਗ 'ਚ ਹੀ ਟਾਇਰਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਆਪਣੇ ਸਵਰਾਜ ਦੇ ਟਾਇਰ ਨੇ, ਠੀਕ ਹੈ, 3 ਟਰੈਕਟਰ ਬਣ ਜਾਣਗੇ। ਆਪਣੇ 911 ਦੇ ਟਾਇਰ ਨੇ, ਜਿਹੜਾ ਛੋਟੀ ਕੈਟੇਗਰੀ ਦਾ ਟਰੈਕਟਰ ਹੈ, ਠੀਕ ਹੈ। ਅਤੇ ਇਸ ਤੋਂ ਬਾਅਦ ਜਿਹੜੇ ਆਪਣੇ ਏਸ ਟਰੈਕਟਰ ਨੇ ਉਹਨਾਂ ਦੇ ਟਾਇਰ ਵੀ ਆਪਾਂ ਅਪਗ੍ਰੇਡ ਕਰਨੇ ਸੀ, ਇਸ ਕਰਕੇ ਇੱਕ ਜੋੜੀ ਇੱਥੇ ਪ੍ਰਿੰਟ ਕਰਨੀ ਲਾਈ ਹੋਈ ਹੈ ਉਹਨਾਂ ਟਾਇਰਾਂ ਦੀ, ਠੀਕ ਆ। ਅਤੇ ਇੱਧਰਲੀ ਸਾਈਡ ਪ੍ਰਿੰਟ ਹੋ ਰਹੇ ਨੇ ਟਰਾਲੀਆਂ ਦੇ ਪਾਰਟ, ਦੋ ਆਪਾਂ ਨਵੀਆਂ ਟਰਾਲੀਆਂ ਬਣਾਈਆਂ ਨੇ ਅਤੇ ਦੋਵੇਂ ਅੱਜ ਰੇਡੀ ਕਰਨੀਆਂ ਨੇ, ਠੀਕ ਹੈ। ਦੋਵਾਂ 'ਚੋਂ ਇੱਕ ਟਰਾਲੀ 'ਤੇ ਅੱਜ ਕੁਰੀਅਰ ਵੀ ਕਰ ਦੇਣੀ ਹੈ, ਆਹ ਟਰਾਲੀ ਹੈ, ਆਹ ਕੁਰੀਅਰ ਕਰਨੀ ਹੈ ਆਪਾਂ, ਠੀਕ ਹੈ, ਇਸ ਟਰੈਕਟਰ ਦੇ ਨਾਲ। ਆਹ ਵੀ ਟਰੈਕਟਰ ਆਪਾਂ ਰੇਡੀ ਕਰਕੇ ਦੁਪਹਿਰ ਤੱਕ ਅਤੇ ਇਹਨੂੰ ਸ਼ਾਮ ਤੱਕ ਕੁਰੀਅਰ ਕਰਨਾ ਹੈ। ਅੱਜ ਦਾ ਮੇਨ ਮਿਸ਼ਨ ਆਪਣਾ ਇਹ ਆ, ਬਸ ਆਹ ਇੱਕ ਮੇਨ ਸਾਨੂੰ ਵੱਡਾ ਕੰਮ ਹੈ, ਇਹ ਹੋ ਜੇ ਉਦੋਂ ਬਾਅਦ ਫਿਰ ਅੱਗੇ ਆਪਾਂ ਕੰਟੀਨਿਊ ਕੰਮ ਕਰਾਂਗੇ, ਨਾਲੇ ਤਾਂ ਆਪਣੇ ਟਰੈਕਟਰਾਂ 'ਤੇ ਵੀਡੀਓ ਸ਼ੂਟਿੰਗ ਵਾਲਾ, ਠੀਕ ਹੈ। ਅਤੇ ਇੱਕ ਇੱਕ ਦੋ ਦੋ ਟਰੈਕਟਰ ਫਿਰ ਛੋਟੇ ਜਿਹੜੇ ਉਹ ਆਰਾਮ ਨਾਲ ਬਾਅਦ 'ਚੋਂ ਬਣਾਈ ਜਾਵਾਂਗੇ ਆਪਾਂ, ਠੀਕ ਹੈ। ਲਓ ਵੀ ਮੁੰਡੇ, ਉਹ ਸੀਨ ਇੱਦਾਂ ਕਿ ਪਿਛਲੇ ਮੈਂ ਲੱਗਦਾ ਇੱਕ ਹਫ਼ਤੇ ਤੋਂ ਆਪਾਂ ਬਸ ਕੰਮ ਕਰਨਾ ਇੱਧਰ ਮੋਡਲਾਂ 'ਤੇ, ਅਤੇ ਡੇਲੀ ਦੇ ਡੇਲੀ ਜੋ ਵੀ ਇਹਨਾਂ 'ਚ ਅਪਡੇਟ ਹੁੰਦਾ ਬਸ ਉਹੀ ਮੈਂ ਤੁਹਾਨੂੰ ਦੱਸ ਦੇਣਾ ਕਿ ਆਹ ਕਰਤਾ ਜਾਂ ਰਹਿ ਗਿਆ ਜਾਂ ਮੋਡਲ 'ਤੇ ਕੰਮ ਚੱਲਣ ਦਿਆ, ਠੀਕ ਹੈ। ਇੱਧਰ ਤਾਂ ਚਲੋ ਕੰਮ ਚੱਲਦਾ ਹੀ ਰਹਿਣਾ, ਥੋੜ੍ਹਾ ਥੋੜ੍ਹਾ ਚੱਲੀ ਜਾਊਗਾ। ਮੇਨ ਆ 3 ਸੀ ਤਿਆਰ ਹੋ ਗਏ ਨੇ, ਉਦੋਂ ਬਾਅਦ ਅੱਗੇ ਆਪਾਂ ਜਿਵੇਂ ਵੀ ਸਿਸਟਮ ਸਹੀ ਪਊਗਾ ਆਪਾਂ ਕੰਮ ਕਰਦੇ ਰਹਾਂਗੇ, ਠੀਕ ਹੈ। ਅਤੇ ਉਸ ਤੋਂ ਇਲਾਵਾ ਆਪਣੇ ਟਰੈਕਟਰਾਂ 'ਤੇ ਵੀ ਵੈਸੇ ਆਪਾਂ ਕੰਮ ਕਰ ਸਕਦੇ ਹਾਂ, ਜਿਨ੍ਹਾਂ ਦੇ ਆਪਾਂ ਕੰਮ ਸਟਾਰਟ ਕੀਤਾ ਸੀ ਪਹਿਲਾਂ। ਨਿਊ ਹੋਲੈਂਡ ਹੋ ਗਿਆ, ਆਪਣਾ ਜੋਂਡੀਅਰ ਹੋ ਗਿਆ, ਆਹ ਦੇਖੋ ਇੱਥੇ ਡੱਬੇ 'ਚ ਪਾ ਕੇ ਰੱਖੇ ਹੋਏ ਨੇ ਮੈਂ, ਠੀਕ ਹੈ, ਵੀ ਆਪਾਂ ਟਾਈਮ ਕੱਢ ਸਕਦੇ ਹਾਂ ਇਹਨਾਂ ਟਰੈਕਟਰਾਂ 'ਤੇ। ਪਰ ਮੇਨ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ, ਉਹ ਆ ਰਹੀ ਹੈ ਸਪੇਸ ਦੀ, ਵੀ ਮੌਕੇ 'ਤੇ ਇੰਨਾ ਜ਼ਿਆਦਾ ਸਪੇਸ ਹੈ ਨਹੀਂ ਗਾ। ਆਹ ਟਰੈਕਟਰ ਤਿਆਰ ਕਰਨੇ ਸੀ ਉਦੋਂ 'ਤੇ ਮੈਂ ਸੋਚਿਆ ਸੀ ਇੱਕ ਵਾਰੀ ਉਹਨਾਂ 'ਤੇ ਕੰਮ ਰੋਕ ਦਿੰਦੇ ਹਾਂ, ਵੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ, ਇਹਨਾਂ ਨੂੰ ਕਰੀਏ ਤਿਆਰ, ਕਿਉਂਕਿ ਟਾਈਮ ਮੈਂ ਇੱਦਾਂ ਦਾ ਲਿਆ ਹੋਇਆ ਸੀ ਵੀ 10 ਦਿਨਾਂ 'ਚ 3 ਟਰੈਕਟਰ ਤਿਆਰ ਕਰਦਾ ਗਾ ਮੈਂ, ਇਸ ਕਰਕੇ ਮੈਂ ਉੱਧਰ ਕੰਮ ਰੋਕਤਾ ਸੀ ਜਮਾਂ ਹੀ। ਇਹ ਲਗਭਗ ਰੇਡੀ ਹੋ ਗਏ ਨੇ, ਲਗਭਗ ਛੱਡੋ ਅੱਜ ਕੰਪਲੀਟ ਹੋ ਹੀ ਗਏ ਸਮਝੋ ਤੁਸੀਂ, ਠੀਕ ਹੈ। ਸ਼ਾਮ ਤੱਕ ਇਹਨਾਂ ਨੂੰ ਮੈਂ ਫਿੱਟ ਕਰ ਦਾਂਗਾ ਸਾਰਿਆਂ ਨੂੰ। ਅਤੇ ਆਹ ਟਰੈਕਟਰ ਵੈਸੇ ਆਪਾਂ ਅੱਜ ਕੁਰੀਅਰ ਕਰਨਾ ਸੀ, ਟਰੈਕਟਰ ਮੌਕੇ 'ਤੇ ਪ੍ਰੋਪਰ ਰੇਡੀ ਹੈ, ਸ਼ੋ ਵਗੈਰਾ ਸਭ ਕੁਝ ਫਿੱਟ ਹੋ ਗਿਆ, ਸਲੈਂਸਰ ਰਹਿ ਗਿਆ ਲੱਗਣ ਵਾਲਾ, ਠੀਕ ਹੈ। ਅਤੇ ਇੰਨੇ ਹੀ ਰੇਡੀ ਕਰਨਾ ਸੀ ਆਪਾਂ, ਇਹਦੇ 'ਤੇ ਬੰਪਰ ਨਹੀਂ ਲਾਉਣਾ, ਨਾ ਹੀ ਮਿਊਜ਼ਿਕ ਸਿਸਟਮ 'ਚ ਕੁਝ ਮੋਡੀਫਿਕੇਸ਼ਨਾਂ ਕਰਨੀਆਂ, ਜਿਵੇਂ ਦਾ ਹੈਗਾ ਤੁਹਾਡੇ ਸਾਹਮਣੇ ਆ, ਠੀਕ ਹੈ। ਅਤੇ ਅੱਜ ਭੇਜ ਦੇਣਾ ਸੀ, ਪਰ ਅੱਜ ਕੋਈ ਕੁਰੀਅਰ 'ਚ ਪ੍ਰੋਬਲਮ ਆ ਰਹੀ ਹੈ, ਵੀ ਜਿਹੜੀ ਕੁਰੀਅਰ ਸਰਵਿਸ ਤੋਂ ਮੈਂ ਭੇਜਦਾ ਵਾਂ ਨਾ ਟਰੈਕਟਰ, ਉਹਨਾਂ ਦੇ ਵਿੱਚ ਅੱਜ ਕੋਈ ਦਿੱਕਤ ਆਇਆ, ਅਤੇ ਉਹ ਕਹਿੰਦੇ ਸੀ ਵੀ ਸਵੇਰੇ ਲੈ ਕੇ ਆਇਓ, ਅੱਜ ਨਾ ਲਿਆਇਓ। ਅਤੇ ਨਾਲੇ ਹਜੇ ਇਹਨਾਂ ਟਰੈਕਟਰਾਂ ਦੇ ਨਾ ਚਾਰਜਰ ਨਹੀਂ ਬਣੇ ਹੋਏ, ਅਤੇ ਵੈਸੇ ਤਾਂ ਮੈਂ ਚੱਲਾ ਸੀ ਪਹਿਲਾਂ ਬਾਅਦ, ਮੈਂ ਕਿਹਾ ਮੈਂ ਚਾਰਜਰ ਲੈ ਆਉਂਦਾ ਵਾਂ ਬਣਾ ਕੇ ਅਤੇ ਫਿਰ ਕੁਰੀਅਰ ਕਰ ਦਾਂਗੇ। ਅਤੇ ਉਹ ਮੈਂ ਫੋਨ ਕਰਕੇ ਪੁੱਛਿਆ ਸੀ, ਉਹ ਕਹਿੰਦੇ ਸੀ ਅੱਜ ਨਾ ਲੈ ਕੇ ਆਇਓ, ਅਤੇ ਸ਼ਾਮ ਨੂੰ ਹੁਣ ਚੱਲਾਂਗੇ ਆਪਾਂ। ਇੱਕ ਤਾਂ ਚਾਰਜਰ ਲੈ ਕੇ ਆਉਂਦੇ ਹਾਂ, ਇਹਨਾਂ ਦੇ ਚਾਰਜਰ ਬਣਾਉਣੇ ਨੇ ਅਤੇ ਬੈਟਰੀਆਂ ਬਣਾਉਣੀਆਂ, ਬਾਕੀ ਟਰੈਕਟਰ ਡਨ ਨੇ ਸਾਰੇ, ਠੀਕ ਹੈ। ਆਹ ਖੁੱਲ੍ਹੇ ਵਿਖਣ ਦੇਣ, ਤੁਹਾਨੂੰ ਬਸ ਇਹਨਾਂ 'ਤੇ ਸ਼ੋਅ ਸ਼ੋਅ ਹੀ ਰੱਖਣੀ ਹੈ, ਬਾਕੀ ਸਾਰਾ ਤਿਆਰ ਹੀ ਹੈ। ਅਤੇ ਮੌਕੇ 'ਤੇ ਮੇਰਾ ਪਲੈਨ ਹੈ ਕਿ ਆਪਣਾ ਸੈਟਅਪ ਦੇ ਵਿੱਚ ਕੁਛ ਕੁ ਅਪਗ੍ਰੇਡ ਕਰੀਏ ਜਿਹੜੇ ਕਿ ਜ਼ਰੂਰੀ ਨੇ, ਠੀਕ ਹੈ। ਅਤੇ ਇੱਕ ਤਾਂ ਅਪਗ੍ਰੇਡ ਕਰਨਾ, ਆਪਾਂ ਇੱਥੇ ਸਪੇਸ ਬਣਾਉਣਾ ਸਮਾਨ ਰੱਖਣ ਵਾਸਤੇ, ਡੱਬੇ ਵਗੈਰਾ ਜਿੰਨੇ ਵੀ ਨੇ ਆਪਣੇ ਕੋਲ। ਇੱਥੇ ਵੇਖੋ ਢੇਰ ਲੱਗਾ ਪਿਆ, ਉੱਧਰ ਢੇਰ ਲੱਗਾ, ਉਹ ਤਾਂ ਚਲੋ ਪਏ ਵੀ ਰਹਿਣਗੇ ਕੋਈ ਇਸ਼ੂ ਨਹੀਂ, ਪਰ ਆਹ ਜਿਹੜੇ ਡੱਬੇ ਨਵੇਂ ਜਿਵੇਂ ਰਿਮੋਟ ਵਗੈਰਾ ਹੋ ਗਏ, ਵੀ ਉੱਤੇ ਜਗ੍ਹਾ ਬਣੀ ਹੋਊਗੀ, ਆਪਾਂ ਉੱਥੇ ਡੱਬੇ ਲਾ ਦਾਂਗੇ, ਠੀਕ ਹੈ। ਅਤੇ ਆਹ ਜਿਹੜਾ ਪੋਰਸ਼ਨ ਹੈ ਨਾ, ਇੰਨਾ ਇਹਦੇ ਵਾਸਤੇ ਮੈਂ ਸੋਚਿਆ ਹੋਇਆ ਕਿ ਇਸ ਪੋਰਸ਼ਨ 'ਚ ਨਾ ਆਪਣੇ ਪ੍ਰਿੰਟਰ ਸ਼ਿਫਟ ਕਰ ਦਈਏ ਆਪਾਂ, ਠੀਕ ਹੈ, ਵੀ ਜਿਹੜਾ ਪ੍ਰਿੰਟਰ ਹੋ ਗਿਆ, ਕੰਪਿਊਟਰ ਹੋ ਗਿਆ,
ਆਹ ਜਿਹੜਾ ਡੰਗਾ ਹੈ ਨਾ ਇਹ ਸਾਰਾ ਇੱਥੇ ਆ ਜੂਗਾ, ਇਸ ਜਗ੍ਹਾ 'ਤੇ ਸ਼ਿਫਟ ਹੋ ਜੂਗਾ। ਉਹਦੇ ਨਾਲ ਆਪਾਂ ਨੂੰ ਆਹ ਮੇਜ਼ ਪੂਰਾ ਖਾਲੀ ਮਿਲ ਜੂਗਾ, ਸਪੇਸ ਖੁੱਲ੍ਹਾ ਹੋ ਜੂਗਾ, ਠੀਕ ਹੈ। ਆਹ ਮਾਡਲ ਵਗੈਰਾ ਜਿੰਨੇ ਵੀ ਨੇ ਇਹ ਸਾਰੇ ਇੱਧਰ ਸ਼ਿਫਟ ਹੋ ਜਾਣਗੇ, ਠੀਕ ਹੈ, ਖੁੱਲ੍ਹੀ ਜਗ੍ਹਾ ਮਿਲ ਜੂਗੀ। ਖਲਾਰਾ ਤਾਂ ਇੱਦਾਂ ਹੀ ਪਿਆ ਰਹਿਣਾ, ਉਹ ਤਾਂ ਮੈਨੂੰ ਪਤਾ ਹੀ ਹੈ, ਇੱਧਰ ਵੀ ਐਵੇਂ ਖਲਾਰਾ ਪਿਆ ਰਹਿਣਾ, ਪਰ ਗੱਲ ਇਹ ਕਿ ਆਪਾਂ ਨੂੰ ਸਪੇਸ ਖੁੱਲ੍ਹਾ ਮਿਲ ਜੂਗਾ, ਮੌਕੇ 'ਤੇ ਸਪੇਸ ਹੈ ਨਹੀਂ ਗਾ। ਅਤੇ ਜਗ੍ਹਾ ਬਣਾਉਂਦੇ ਹਾਂ ਟਰਾਲੀਆਂ ਵਾਸਤੇ ਵੀ, ਟਰਾਲੀਆਂ ਬਹੁਤ ਖਿਲ ਰਹੀਆਂ ਪਈਆਂ ਨੇ, ਇੱਧਰ ਕੋ ਢੇਰ ਲੱਗੇ ਪਏ ਨੇ, ਅਤੇ ਸਮਝ ਨਹੀਂ ਆ ਰਿਹਾ ਕਿ ਕਿਹੜੀਆਂ ਟਰਾਲੀਆਂ ਭੇਜਣੀਆਂ ਨੇ, ਕਿਹੜੀਆਂ ਆਪਣੀਆਂ ਪਰਸਨਲ ਨੇ। ਉਹ ਚਲੋ ਦੇਖ ਲੈਂਦੇ ਹਾਂ ਆਪਾਂ, 6, 7, 8 ਟੋਟਲ 8 ਟਰਾਲੀਆਂ ਹੋ ਗਈਆਂ। ਪਹਿਲਾਂ 6 ਪ੍ਰਿੰਟ ਕੀਤੀਆਂ, ਇਹ 2 ਉਸ ਤੋਂ ਬਾਅਦ ਹੁਣ ਪ੍ਰਿੰਟ ਕਰ ਲਈਆਂ ਨੇ, ਠੀਕ ਹੈ। 8 ਟਰਾਲੀਆਂ ਹੋ ਗਈਆਂ, ਅਤੇ ਚਲੋ ਫਿਰ ਕੋਈ ਨਹੀਂ, ਕਰਦੇ ਹਾਂ, ਦੇਖਦੇ ਹਾਂ ਸਿਸਟਮ, ਹੌਲੀ ਹੌਲੀ ਗੱਡੀ ਚੜਾਉਂਦੇ ਹਾਂ ਵਾਪਸ ਪਟਰੀ 'ਤੇ। ਟਾਇਰਾਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ, ਹਾਂ ਦੇਖੋ ਕਮੈਂਟ ਆਉਂਦੇ ਨੇ ਟਾਇਰ ਸੇਲ ਵਾਸਤੇ, ਅਤੇ ਸੇਲ ਵਾਸਤੇ ਹਜੇ ਕੰਮ ਮੈਂ ਸ਼ੁਰੂ ਕੀਤਾ ਨਹੀਂ ਗਾ, ਬਾਕੀ ਕੁਛ ਕੁ ਦਿਨਾਂ ਤੱਕ ਤੁਹਾਨੂੰ ਪਤਾ ਲੱਗ ਜੂਗਾ, ਅਪਡੇਟ ਮਿਲ ਜੂਗਾ ਕੀ ਹੁੰਦਾ, ਠੀਕ ਹੈ, ਟਾਇਰਾਂ ਤੋਂ ਰਿਲੇਟਿਡ ਵੀ। ਬਾਕੀ ਚਲੋ ਹੁਣ ਨਾ ਇੱਕ ਵਾਰੀ ਆਪਾਂ ਅਮਿੰਦਰੇ ਨੂੰ ਦੇਖਦੇ ਹਾਂ ਵੀ ਇਹਨੂੰ ਕੀ ਪ੍ਰੋਬਲਮ ਆਈ ਹੈ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਜਿਹੜੇ ਪਾਰਟ ਵੀ ਪ੍ਰਿੰਟ ਕਰਨੇ ਪੈਣਗੇ ਉਹ ਫਿਰ ਪ੍ਰਿੰਟ ਕਰਕੇ ਇਹਨੂੰ ਰਿਪੇਅਰ ਕਰਦੇ ਹਾਂ ਸਭ ਨਾਲੋਂ ਪਹਿਲਾਂ। ਲਓ ਵੀ ਮੁੰਡਿਓ, ਇੱਧਰ ਅਮਿੰਦਰੇ 'ਤੇ ਮੈਂ ਦੇਖਣ ਦਿਆ ਸੀਗਾ ਵੀ ਕੀ ਪ੍ਰੋਬਲਮ ਹੈ, ਅਤੇ ਬਾਹਲਾ ਜ਼ਿਆਦਾ ਜਲੂਸ ਕੱਢਿਆ ਪਿਆ ਸਾਰੇ ਥਾਂ 'ਚ ਨਾ, ਇੱਥੇ ਵੀ ਫੈਵੀਕਵਿਕ ਭਰ ਗਈ ਹੈ, ਕਿਉਂਕਿ ਫੈਵੀਕਵਿਕ ਇੱਦਾਂ ਦੀ ਚੀਜ਼ ਹੈ ਜੇ ਇੱਕ ਬੂੰਦ ਵੱਧ ਕਿਤੇ ਆਸੇ ਪਾਸੇ ਪੈ ਗਈ ਨਾ, ਪਲਾਸਟਿਕ ਦੀਆਂ ਜਮ੍ਹਾਂ ਉਹ ਕਰ ਦਿੰਦੀ ਹੈ, ਬਰਬਾਦੀ ਕਰ ਦਿੰਦੀ ਹੈ। ਆਹ ਦੇਖੋ ਟਾਇਰ ਵੀ ਨਹੀਂ ਘੁੰਮਣ ਦਿਆ, ਨਾ ਲੈਫਟ ਰਾਈਟ ਹਿੱਲਣ ਦਿਆ ਬਿਲਕੁਲ ਹੀ। ਹੁਣ ਇਹ ਐਕਸਲ ਕੰਪਲੀਟ ਚੇਂਜ ਕਰਨਾ ਪਊਗਾ, ਅਤੇ ਇਸ ਵਾਰੀ ਬੰਪਰ ਨਹੀਂ ਲੱਗਣਾ ਫਿਰ ਇਹਦੇ 'ਚ, ਬੰਪਰ ਕੱਟਣਾ ਪੈਣਾ ਵਿੱਚੋਂ, ਠੀਕ ਹੈ, ਕਿਉਂਕਿ ਐਕਸਲ ਮੇਰੇ ਕੋਲ ਦੂਜੇ ਹੈਗੇ ਨੇ ਜਿਹੜੇ ਆਪਾਂ ਇਸ 'ਚ ਯੂਜ਼ ਕੀਤੇ ਨੇ, ਫਿਰ ਉਹ ਯੂਜ਼ ਕਰਨਾ ਪੈਣਾ, ਹੋਰ ਕੋਈ ਆਪਸ਼ਨ ਹੈ ਨਹੀਂ ਆਪਣੇ ਕੋਲ ਮੌਕੇ 'ਤੇ। ਲਓ ਵੀ ਮੁੰਡੇ, ਉਹ ਸੀਨ ਇੱਦਾਂ ਕਿ ਸਾਨੂੰ ਪਹਿਲਾਂ ਤਾਂ ਪੱਖਾ ਬੰਦ ਕਰੀਏ, ਇਹਦੀ ਆਵਾਜ਼ ਬੜੀ ਆਉਂਦੀ ਆ, ਜਲਾਂ ਬਾਅਦ ਗਏ ਵੀ ਸੀ ਅਤੇ ਪੱਖੇ ਦਾ ਫਿਰ ਨਹੀਂ ਚੇਤਾ ਰਿਹਾ। ਅਤੇ ਆਹ ਦੇਖੋ ਲੈ ਕੇ ਆਏ ਆਪਾਂ ਆਪਣੇ ਟਰੈਕਟਰਾਂ ਦੇ ਚਾਰਜਰ, ਇਹ ਬਹੁਤ ਇੰਪੋਰਟੈਂਟ ਸੀਗੇ, 9 ਵੋਲਟ 1 ਅੰਪੇਅਰ, ਠੀਕ ਹੈ, ਬਣਾਉਂਦੇ ਹਾਂ ਇੱਕ ਤਾਂ ਚਾਰਜਰ ਬਣਾਉਂਦੇ ਹਾਂ ਆਪਾਂ ਹੁਣੇ, ਠੀਕ ਹੈ, ਅਤੇ ਦੂਜਾ ਆਪਣਾ ਜਿਹੜਾ ਸੈੱਟ ਪੈਣਾ ਇਹਦੇ 'ਤੇ ਆਪਾਂ ਸਵੇਰੇ ਕੰਮ ਸ਼ੁਰੂ ਕਰ ਦੇਣਾ। ਹੁਣ ਤੱਕ ਆ ਜਿਹੜੇ ਪਿਛਲੇ 1-2 ਹਫ਼ਤਿਆਂ 'ਚ ਵਲੋਗ ਚੱਲਣ ਦਾ ਆਪਣੇ, ਬਸ ਆ ਟਰੈਕਟਰਾਂ ਤੋਂ ਰਿਲੇਟਿਡ ਹੀ ਇਹਦੇ ਆਸੇ ਪਾਸੇ ਘੁੰਮਣ ਦਾ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਟੋਪਿਕ ਅੱਡ ਕਰਕੇ, ਅਤੇ ਇੱਕ ਤਾਂ ਆਪਾਂ ਸੈਟਅਪ 'ਤੇ ਕੰਮ ਸ਼ੁਰੂ ਕਰਦੇ ਹਾਂ, ਦੂਜਾ ਆਪਣਾ ਜਿਹੜਾ ਬਾਹਰ ਵਾਲਾ ਕੰਮ ਹੈ, ਬਾਹਰ ਵੀਡੀਓ ਸ਼ੂਟ ਵਗੈਰਾ ਕਰਨੀਆਂ ਨੇ, ਉਹਨਾਂ 'ਤੇ ਕੰਮ ਕਰਦੇ ਹਾਂ ਕੰਟੀਨਿਊ, ਠੀਕ ਹੈ। ਇਹਨਾਂ ਟਰੈਕਟਰਾਂ 'ਤੇ ਤਾਂ ਚੱਲਦਾ ਹੀ ਰਹਿਣਾ ਕੰਮ, ਇਹ ਤਾਂ ਆਰਡਰ ਆਉਂਦੇ ਰਹਿਣੇ, ਆਪਾਂ ਬਣਾਉਂਦੇ ਰਹਾਂਗੇ, ਪਰ ਹੁਣ ਇੰਨਾ ਜ਼ਿਆਦਾ ਧਿਆਨ ਨਹੀਂ ਦੇਣਾ ਕਿ 24 ਘੰਟੇ ਇੱਧਰ ਹੀ ਲੱਗੇ ਰਹੀਏ, ਠੀਕ ਹੈ। ਨਾਲੇ ਤਾਂ ਆਪਣੇ ਦੂਜੇ ਟਰੈਕਟਰਾਂ 'ਤੇ ਕੰਮ ਸ਼ੁਰੂ ਕਰਨਾ, ਉਹ ਆਪਾਂ ਉਦੋਂ ਕਰਾਂਗੇ ਜਦੋਂ ਆਹ ਸੈਟਅਪ ਥੋੜ੍ਹਾ ਜਿਹਾ ਬਣ ਜੂਗਾ, ਠੀਕ ਹੈ, ਇੱਥੇ ਜਗ੍ਹਾ ਬਣ ਜੂ ਸਮਾਨ ਰੱਖਣ ਦੀ, ਆਹ ਜਿਹੜਾ ਥੋੜ੍ਹਾ ਜਿਹਾ ਥਾਂ ਇਹ ਖੁੱਲ੍ਹਾ ਕਰ ਲੈਂਦੇ ਹਾਂ, ਠੀਕ ਹੈ, ਉਦੋਂ ਬਾਅਦ ਫਿਰ ਕੰਮ ਚੱਲਦਾ ਰਹੂਗਾ, ਅਤੇ ਦੋਵੇਂ ਕੰਮ ਨਾ ਮਿਕਸ ਜੇ ਚੱਲਦੇ ਰਹਿਣਗੇ, ਠੀਕ ਹੈ। ਅਤੇ ਫਿਲਹਾਲ ਹੁਣ ਆਪਾਂ ਇੱਕ ਤਾਂ ਰੀਲ ਸ਼ੂਟ ਕਰਨੀ ਹੈ, ਅਤੇ ਸ਼ੋਰਟ ਵੀਡੀਓ ਵੀ ਨਹੀਂ ਸ਼ੂਟ ਕੀਤੀ, 2-3 ਦਿਨ ਹੋ ਗਏ ਨੇ, ਅਤੇ ਇਹ ਕੰਮ ਕਰੀਏ ਆਪਾਂ ਪਹਿਲਾਂ। ਸ਼ੋਰਟ ਵੀਡੀਓ ਵਾਸਤੇ ਮੌਕੇ 'ਤੇ ਤਾਂ ਕੋਈ ਵੀ ਇੱਦਾਂ ਦਾ ਕੰਟੈਂਟ ਹੈ ਨਹੀਂ ਗਾ, ਕਿਉਂਕਿ ਉਹ ਥੋੜ੍ਹਾ ਜਿਹਾ ਲੰਮਾ ਚਾਹੀਦਾ ਪ੍ਰੋਸੈਸ, ਉਹਦੇ 'ਚ ਸ਼ੂਟਿੰਗ ਵਗੈਰਾ ਲੰਮੀ ਚਾਹੀਦੀ ਹੈ, ਕੋਈ ਬਣਾਉਂਦਿਆਂ ਬਣਾਉਂਦਿਆਂ ਦੀ ਵੀਡੀਓ ਸ਼ੂਟ ਕਰੀ ਦੀ ਸ਼ੋਰਟਸ 'ਚ ਤਾਂ। ਅਤੇ ਜਿਹੜੀ ਰੀਲ ਆ ਉਹ ਤਾਂ ਆਪਾਂ ਕੁਛ ਵੀ ਬਣਾ ਲਾਂਗੇ ਰੈਂਡਮ ਜਿਹਾ, ਇੰਨੇ ਟਾਇਰ ਪਏ ਨੇ, ਟਰਾਲੀਆਂ ਖੜੀਆਂ ਨੇ, ਹੁਣ ਟਰਾਲੀਆਂ ਇੱਦਾਂ ਖਲਾਰੀਆਂ ਪਈਆਂ ਇੱਕ ਥਾਂ 'ਤੇ ਖੜੀਆਂ, ਉਹਨਾਂ ਲੈਣ ਸਿਰ ਫਿਰ ਰੀਲ ਬਣਾਉਣ ਦਾ ਵੀ ਸਵਾਦ ਹੁੰਦਾ, ਜਗ੍ਹਾ ਹੋਵੇ ਥੋੜ੍ਹੀ ਜਿਹੀ ਖੁੱਲ੍ਹੀ। ਚਲੋ ਕੋਈ ਨਹੀਂ, ਕਰਾਂਗੇ ਹੌਲੀ ਹੌਲੀ ਜੁਗਾੜ, ਸਾਰੇ ਲਾਉਂਦੇ ਹਾਂ। ਅਤੇ ਬਾਕੀ ਆਪਣਾ ਇੱਕ ਆ ਸਵਰਾਜ ਜਿਹੜਾ, ਇਹਦਾ ਵੀ ਔਡਰ ਆਇਆ ਹੋਇਆ, ਅਤੇ ਸਵੇਰੇ ਵੀ ਕੁਰੀਅਰ ਕਰਨਾ ਆਪਾਂ, ਠੀਕ ਹੈ। ਸਵਰਾਜ ਅਤੇ ਇੱਕ ਪੰਪ ਵਾਲੀ ਟਰਾਲੀ, ਉਹ ਵੀ ਰੇਡੀ ਕਰਨੀ ਆਪਾਂ।
ਵੈਸੇ ਤਾਂ ਅੱਜ ਹੀ ਕਰ ਦੇਣਾ ਸੀ ਕੁਰੀਅਰ, ਪਰ ਮੇਨ ਪ੍ਰੋਬਲਮ ਸੀਗੀ ਜਿਹੜੀ, ਅੱਜ ਸਰਵਿਸ ਨਹੀਂ ਚੱਲਣ ਦੀ ਕੁਰੀਅਰ ਵਾਲੀ ਆਪਣੀ, ਅਤੇ ਇਸ ਕਰਕੇ ਦੋਵੇਂ ਟਰੈਕਟਰ ਹੀ ਰਹਿ ਗਏ ਨੇ, ਸਵਰਾਜ ਵੀ ਰਹਿ ਗਿਆ, 911 ਵੀ ਰਹਿ ਗਿਆ। ਇਹ ਆਪਾਂ ਸਵੇਰੇ ਕਨਫਰਮ ਕਰ ਦੇਣਾ, ਕੁਰੀਅਰ ਕਰ ਦਾਂਗੇ ਦੋਵੇਂ ਹੀ, ਠੀਕ ਹੈ। ਅਤੇ ਉਸ ਦੇ ਨਾਲ ਇੱਕ ਚੀਜ਼ ਹੋਰ ਕੀਤੀ, ਮੈਂ ਤੁਹਾਨੂੰ ਵਿਖਾਉਂਦਾ ਵਾਂ, ਆਹ ਦੇਖੋ ਆਪਾਂ ਚੇਂਜ ਕਰਤੀ ਲੁੱਕ ਆਪਣੇ ਇਸ ਟਰੈਕਟਰ ਦੀ, ਟਾਇਰ ਚੇਂਜ ਕਰਤੇ ਨੇ ਫਰੰਟ ਵਾਲੇ ਵੀ ਅਤੇ ਪਿਛਲੇ ਵੀ। ਡਿਮਾਂਡ ਆ ਰਹੀ ਸੀ ਕਿ ਟਰੈਕਟਰ ਨੂੰ ਟਾਇਰ ਚੇਂਜ ਕਰੋ, ਵੀ ਟਾਇਰਾਂ ਦੇ ਨਾਲ ਹੀ ਲੁੱਕ ਸੋਹਣੀ ਆਉਣੀ ਟਰੈਕਟਰ ਦੀ, ਅਤੇ ਉਹ ਕੰਮ ਆਪਾਂ ਦਿੱਤਾ ਜੇ ਘਰ, ਆਹ ਦੇਖ ਲਓ, ਠੀਕ ਹੈ। ਅਤੇ ਇਹਨੂੰ ਵੇਖ ਕੇ ਦਿਮਾਗ 'ਚ ਇੱਕ ਪਲੈਨ ਵੀ ਆ ਗਿਆ ਕਿ ਆਪਾਂ ਸ਼ੂਟ ਕਰ ਸਕਦੇ ਹਾਂ ਇੱਕ ਸ਼ੋਰਟ ਵੀਡੀਓ, ਠੀਕ ਹੈ। ਅਤੇ ਉਹ ਹੋ ਸਕਦਾ ਮੈਂ ਹੁਣ ਨਾ ਸ਼ੂਟ ਕਰਾਂ, ਸਵੇਰੇ ਕਰ ਲਾਂਗੇ ਆਪਾਂ, ਇੱਦਾਂ ਕਰਦੇ ਹਾਂ। ਸ਼ੋਰਟ ਵੀਡੀਓ ਵਾਲਾ ਪਲੈਨ ਜਿਹੜਾ ਉਹ ਸਵੇਰ 'ਤੇ ਕਰ ਦਿੰਦੇ ਹਾਂ, ਸਵੇਰੇ ਕਰਾਂਗੇ ਆਪਣੇ ਇਸ ਨਾਲ ਇੱਕ ਸ਼ੋਰਟ ਵੀਡੀਓ ਸ਼ੂਟ, ਬਾਕੀ ਇਹਦੀਆਂ ਤਾਰਾਂ ਵੀ ਹਜੇ ਸੈੱਟ ਕਰਨੀਆਂ ਨੇ। ਅਤੇ ਸਵੇਰੇ ਕੰਮ ਨਾ ਹੁਣ ਕਾਫੀ ਰੋਲ ਗਦੋਲ ਹੋ ਜਾਣੇ ਨੇ, ਇੱਕ ਤਾਂ ਆਪਾਂ ਸੈਟਅਪ 'ਤੇ ਵੀ ਕਰਨਾ ਕੰਮ, ਅਤੇ ਦੂਜਾ ਪਲੈਨ ਆ ਵੀਡੀਓ ਸ਼ੂਟ ਕਰਨ ਦਾ ਵੀ। ਅਤੇ ਚਲੋ ਦੇਖ ਲੈਂਦੇ ਹਾਂ, ਲਾ ਲਾਂਗੇ ਹਿਸਾਬ ਕਿਤਾਬ, ਜਾਂ ਵੀਡੀਓ ਸ਼ੂਟ ਹੋ ਸਕਦਾ ਮੈਂ ਇੱਕ ਦਿਨ ਹੋਰ ਡਿਲੇ ਕਰਦਾ ਥੋੜ੍ਹੀ ਜਿਹੀ, ਕਿਉਂਕਿ ਸੈਟਅਪ 'ਤੇ ਕੰਮ ਕਰਨਾ ਜ਼ਰੂਰੀ ਹੈ, ਵੀ ਸੈਟਅਪ 'ਤੇ ਸਟਾਰਟ ਕਰਨਾ ਹੈ ਕੰਮ। ਬਾਕੀ ਕਨਫਰਮ ਕੁਛ ਨਹੀਂ ਗਾ, ਹੋ ਸਕਦਾ ਮੈਂ ਹੁਣੇ ਹੀ ਕੰਮ ਸ਼ੁਰੂ ਕਰਦਾ, ਮੇਰਾ ਕੰਮ ਇੱਦਾਂ ਦਾ ਹੀ ਹੈ, ਕਿਉਂਕਿ ਪੂਰੀ ਰਾਤ ਕੰਮ ਤਾਂ ਕਰਨਾ ਹੀ ਆਪਣੇ ਸੈਟਅਪ 'ਤੇ, ਅਤੇ ਮੌਕੇ 'ਤੇ ਟਾਈਮ ਜਿਹੜਾ ਉਹ ਆਪਣੇ ਕੋਲ ਹੈਗਾ ਹੈ, ਆ ਮੌਕੇ 'ਤੇ 8:30 ਹੋਏ ਨੇ, ਅੱਧਾ ਘੰਟਾ ਘੰਟਾ ਹੈਗਾ ਵੀ ਆਪਾਂ ਡਰਿੱਲ ਵਗੈਰਾ ਚਲਾ ਸਕਦੇ ਹਾਂ, ਠੁੱਕ ਠੁੱਕ ਦੀ ਆਵਾਜ਼ ਆਊਗੀ, ਕੋਈ ਇਸ਼ੂ ਨਹੀਂ ਗਾ। ਅਤੇ ਚਲੋ ਮੈਂ ਦੇਖਦਾ, ਮੈਂ ਨਾ ਸਮਾਨ ਗੱਡੀ 'ਚੋਂ ਕੱਢ ਕੇ ਲਿਆਉਂਦਾ ਵਾਂ, ਅਤੇ ਆਪਾਂ ਜੁਗਾੜ ਕਰਦੇ ਹਾਂ ਹੁਣੇ, ਕਿਉਂਕਿ ਜੇ ਮੈਂ ਕੰਮ ਸ਼ੁਰੂ ਨਾ ਕੀਤਾ ਮੈਨੂੰ ਉਨਾ ਚਿਰ ਸਬਰ ਨਹੀਂ ਆਉਣਾ। ਲਓ ਵੀ ਮੁੰਡਿਓ, ਜਿੱਦਾਂ ਕਿ ਤੁਹਾਨੂੰ ਮੈਂ ਕਿਹਾ ਸੀਗਾ ਕਿ ਕੰਮ ਸ਼ੁਰੂ ਆਪਾਂ ਕਰ ਦੇਣਾ ਜੰਗੀ ਪੱਧਰ 'ਤੇ, ਅਤੇ ਆਹ ਦੇਖ ਲਓ ਕਰਤਾ ਜੇ ਸ਼ੁਰੂ, ਪਹਿਲਾ ਸਟੈਪ ਕੰਪਲੀਟ ਹੋ ਚੁੱਕਿਆ ਆਪਣਾ, ਜਿਹੜਾ ਰਿਮੋਟ ਅਤੇ ਬੈਟਰੀ ਦਾ ਏਰੀਆ ਆ ਜਿਹੜਾ, ਠੀਕ ਹੈ। ਇੱਥੇ ਆਪਣੇ ਸਾਰੇ ਰਿਮੋਟ ਰੱਖੇ ਜਾਣਗੇ ਜਿਹੜੇ ਕਿ ਮੌਕੇ 'ਤੇ ਇੱਥੇ ਨੇ, ਕੱਲ੍ਹ ਸਾਫ਼ ਕਰਕੇ ਚੰਗੀ ਤਰ੍ਹਾਂ ਫਿਰ ਸ਼ਿਫਟ ਕਰਾਂਗੇ, ਠੀਕ ਹੈ। ਆਹ ਪੋਰਸ਼ਨ ਜਿਹੜਾ ਇੱਥੇ ਰਹਿਣੀਆਂ ਆਪਣੀਆਂ ਬੈਟਰੀਆਂ, ਕਿਉਂਕਿ ਚਾਰਜਿੰਗ ਵਾਲਾ ਪੋਰਟ ਇੱਥੇ ਆ, ਠੀਕ ਹੈ। ਪਹਿਲਾਂ ਆ ਦੇਖੋ ਥੱਲੇ ਖਿੱਲ ਰਹਿੰਦੀਆਂ ਬੈਟਰੀਆਂ, ਬੈਟਰੀਆਂ ਵਾਲੇ ਡੱਬੇ ਅਤੇ ਬੈਟਰੀਆਂ ਚਾਰਜਰ ਉਹ ਸਾਰੇ ਇੱਥੇ ਆ ਜਾਣਗੇ, ਠੀਕ ਹੈ। ਆਹ ਜਿਹੜੇ ਡੱਬੇ ਨੇ ਇਹਨਾਂ ਵਾਸਤੇ ਇੱਥੇ ਸਵੇਰੇ ਕਰਦੇ ਹਾਂ ਤਿਆਰ, ਉਹ ਤੁਹਾਨੂੰ ਸਵੇਰੇ ਪਤਾ ਲੱਗ ਜੂਗਾ, ਸਵੇਰੇ ਵੇਖ ਲਿਓ ਕੀ ਬਣਦਾ ਹੈ, ਠੀਕ ਹੈ। ਇਹ ਕੰਮ ਆਪਾਂ ਕਰਾਂਗੇ ਸਵੇਰੇ ਕੰਟੀਨਿਊ। ਇੱਧਰ ਲਾਉਣੇ ਨੇ ਫੱਟੇ, ਆਹ ਦੇਖੋ ਲਿਆ ਕੇ ਰੱਖੇ ਹੋਏ ਨੇ, ਇਹ ਵੀ ਸਵੇਰੇ ਹੋਊਗਾ ਕੰਮ, ਕਿਉਂਕਿ ਮੇਰੇ ਤੋਂ ਇਕੱਲੇ ਤੋਂ ਲੱਗਣੇ ਨਹੀਂ ਹੈ, ਸਪੋਟਾਂ ਸਪੂਟਾਂ ਲਾਉਣੀਆਂ ਨੇ, ਅਤੇ ਇਹ ਵੀ ਕੰਮ ਫਿਰ ਸਵੇਰੇ ਕਰਾਂਗੇ ਆਪਾਂ। ਅਤੇ ਮੌਕੇ 'ਤੇ ਹੁਣ ਜਿਹੜਾ ਕਰਨ ਵਾਲਾ ਕੰਮ ਹੈ ਉਹ ਹੈ ਚਾਰਜਰ ਬਣਾਉਣਾ, ਹਾਂ ਆਪਣੇ 911 ਦਾ ਬਣਾਉਣਾ ਇੱਕ ਚਾਰਜਰ। ਚਾਰਜਰ ਤਾਂ ਵੈਸੇ 3 ਬਣਾਉਣੇ ਨੇ, ਬਾਕੀ ਇੱਕ ਜਿਹੜਾ ਸਵੇਰੇ ਭੇਜਣਾ ਹੈ ਨਾ ਉਹਦਾ ਪਹਿਲਾਂ ਚਾਰਜਰ ਬਣਾ ਦਈਏ, ਦੂਜਿਆਂ ਦੇ ਤਾਂ ਕੋਈ ਨਹੀਂ ਆਪਾਂ ਕੱਲ੍ਹ ਵੀ ਬਣਾ ਲਾਂਗੇ, ਕੋਈ ਇਸ਼ੂ ਨਹੀਂ ਗਾ। ਬਾਕੀ ਹੁਣ ਇੱਥੇ ਆਪਾਂ ਨਾ ਲਾਈਟਾਂ ਦਾ ਵੀ ਬੰਦੋਬਸਤ ਵਧੀਆ ਕਰ ਸਕਦੇ ਹਾਂ, ਇੱਥੇ ਸਲਾਈਡ ਵਾਲਾ ਲਾ ਕੇ ਚੰਗੀ ਵਧੀਆ ਇੱਥੇ ਲਾਈਟ ਲਾਵਾਂਗੇ। ਅੱਗੇ ਵੱਡਾ ਹਰਾ ਬਲਬ ਟੰਗਿਆ ਸੀਗਾ ਅਤੇ ਇਹਦੇ ਨਾਲ ਦੀਆਂ ਲਾਈਟਾਂ ਲੈ ਕੇ ਆਉਂਦੇ ਹਾਂ, ਇੱਧਰ ਵੀ ਇਹ ਨਹੀਂ ਇੱਥੋਂ ਲਾਉਂਦੇ, ਇਹਦੇ ਨਾਲ ਦੀ ਇੱਕ ਵੱਡੀ ਟਿਊਬ ਲਿਆਵਾਂਗੇ ਜਿਹੜੀ ਪ੍ਰੋਪਰ ਇਹਦੇ ਉੱਤੇ ਆਊਗੀ, ਪੂਰੀ ਐਂ ਸਲਾਈਡ ਹੋ ਕੇ ਅੰਦਰ ਬਾਹਰ ਤੁਰ ਜੂ ਕਰੂਗੀ, ਠੀਕ ਹੈ। ਚਲੋ ਇਹ ਆਪਾਂ ਕੰਮ ਕਰ ਲਾਂਗੇ, ਅੱਗੇ ਆਉਣ ਵਾਲੇ ਟਾਈਮ 'ਚ ਹੌਲੀ ਹੌਲੀ ਅਪਗ੍ਰੇਡ ਕਰੀ ਚੱਲਾਂਗੇ, ਕੋਈ ਇਸ਼ੂ ਨਹੀਂਗਾ। ਅਤੇ ਚਲੋ ਮੈਂ ਇੱਕ ਵਾਰੀ ਚਾਰਜਰ ਬਣਾ ਲਾਂ ਹੁਣ ਛੇਤੀ ਛੇਤੀ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਆਹ ਦੇਖੋ ਤੁਸੀਂ, ਤਿੰਨੇ ਟਰੈਕਟਰਾਂ ਦੇ ਤਿੰਨੇ ਚਾਰਜਰ ਰੈਡੀ ਹੋ ਚੁੱਕੇ ਨੇ, 1, 2, 3, ਠੀਕ ਹੈ। 3 ਟਰੈਕਟਰ ਅਤੇ 3 ਚਾਰਜਰ ਪਲੱਸ 3 ਬੈਟਰੀਆਂ, ਠੀਕ ਹੈ। ਬੈਟਰੀਆਂ ਦੇ ਹਜੇ ਕਵਰ ਲਾਉਣੇ ਨੇ ਅਤੇ ਚਾਰਜਰ ਵਰਕ ਕਰਨਾ ਨੇ, ਆਹ ਦੇਖ ਲਓ ਤਿੰਨਾਂ ਦੀਆਂ ਲਾਲ ਬੱਤੀਆਂ ਜਗਨ ਦਈਆਂ, ਠੀਕ ਹੈ। ਇਹਦਾ ਮਤਲਬ ਵੀ ਚਾਰਜ ਹੋ ਰਿਹਾ, ਠੀਕ ਹੈ। ਜਿਹਨੂੰ ਆਪਾਂ ਡਿਸਕਨੈਕਟ ਕਰ ਦਿੰਦੇ ਹਾਂ, ਆਹ ਦੇਖੋ ਨੀਲੀ ਬੱਤੀ ਜਗ ਜਾਂਦੀ ਹੈ, ਯਾਨੀ ਚਾਰਜਰ ਮੌਕੇ 'ਤੇ ਬਿਲਕੁਲ ਸਹੀ ਵਰਕ ਕਰਨ ਦੇਣੇ, ਠੀਕ ਹੈ। ਜਮਾਂ ਓਕੇ ਦੀ ਰਿਪੋਰਟ ਹੈ, ਆਹ ਦੇਖੋ
ਤੇ ਬਸ ਆਪਣਾ ਆਹ ਵਲੋਗ ਕਰਦੇ ਹਾਂ ਇੱਥੇ ਐਂਡ, ਅਤੇ ਨੈਕਸਟ ਵਲੋਗ 'ਚ ਮਿਲਦਾ ਤੁਹਾਨੂੰ ਮੈਂ। ਕਰਦੇ ਹਾਂ ਆਪਾਂ ਆਪਣਾ ਨਾਲੇ ਤਾਂ ਸੈਟਅਪ ਅਪਗ੍ਰੇਡ, ਠੀਕ ਹੈ, ਆਹ ਜਗ੍ਹਾ ਥੋੜ੍ਹੀ ਜਿਹੀ ਖਾਲੀ ਕਰਦੇ ਹਾਂ, ਆਹ ਜਗ੍ਹਾ ਵੀ ਖਾਲੀ ਕਰਦੇ ਹਾਂ, ਅਤੇ ਸੋਚਦੇ ਹਾਂ ਫਿਰ ਅੱਗੇ ਦਾ ਕੀ ਪਲੈਨ ਹੈ। ਅਤੇ ਉਸ ਦੇ ਨਾਲ ਸੱਚ ਆਹ ਆਪਣਾ ਸਵਰਾਜ ਟਰੈਕਟਰ ਪਲੱਸ ਆਹ ਜੈੱਕ ਵਾਲੀ ਟਰਾਲੀ, ਇਹ ਦੋਵੇਂ ਆਪਾਂ ਸਵੇਰੇ ਕਰ ਦੇਣੇ ਹਾਂ ਕੁਰੀਅਰ, ਠੀਕ ਹੈ, ਇਹ ਦੋਵੇਂ ਕੁਰੀਅਰ ਕਰ ਦੇਣੇ ਹਾਂ। ਪਲੱਸ ਆਪਣਾ ਆਹ ਜਿਹੜਾ ਨਾਟ ਗਿਆਰਾ ਇਹ ਵੀ ਸਵੇਰੇ ਕਰ ਦੇਣਾ ਕੁਰੀਅਰ ਆਪਾਂ। ਆਹ ਦੋ ਜਿਹੜੇ ਨੇ ਇਹ ਲੋਕਲ ਨੇ, ਇਹਨਾਂ ਨੂੰ ਕੁਰੀਅਰ ਨਹੀਂ ਕਰਨਾ, ਪਰ ਇਹ ਵੀ ਦੋ ਕੁ ਦਿਨਾਂ ਤੱਕ ਤੁਰ ਜਾਣਗੇ। ਸੋਚਿਆ ਤਾਂ ਸੀ ਕਿ ਇਹਨਾਂ ਨਾਲ ਵੀਡੀਓ ਸ਼ੂਟ ਕਰਾਂਗਾ ਮੈਂ ਬਾਹਰ, ਪਰ ਉਹ ਹੁਣ ਹੋਣੀ ਨਹੀਂ ਸ਼ੂਟ, ਕਿਉਂਕਿ ਟਾਇਰ ਟੂਰ ਲਿਬੜ ਜਾਣੇ ਨੇ ਟੈਸਟਿੰਗ ਟੂਸਟਿੰਗ ਦੇ ਚੱਕਰਾਂ 'ਚ। ਅਤੇ ਮੈਂ ਸੋਚਣ ਦਿਆਂ ਅੱਗੇ ਇੱਕ ਟਰੈਕਟਰ ਬਣਾਉਂਦੇ ਹਾਂ, ਠੀਕ ਹੈ, ਕਿਉਂਕਿ ਮੌਕੇ 'ਤੇ ਹੁਣ ਇਸ ਤੋਂ ਬਾਅਦ ਕੋਈ ਜ਼ਿਆਦਾ ਔਡਰ ਨਹੀਂ ਗੇ ਇਹਨਾਂ ਟਰੈਕਟਰਾਂ ਦੇ, ਸ਼ਾਇਦ ਦੋ ਕੁ ਪੀਸ ਦੇ ਔਡਰ ਨੇ, ਉਹ ਵੀ ਹਜੇ ਕਾਫੀ ਟਾਈਮ ਲੱਗੂ ਉਹਨੂੰ ਬਣ 'ਚ, ਠੀਕ ਹੈ। ਅਤੇ ਮੈਂ ਸੋਚਦੇ ਹਾਂ ਕਿ ਇੱਕ ਜਿੱਦਾਂ ਆਪਾਂ ਟੈਸਟਿੰਗ ਵਾਸਤੇ ਬਣਾ ਲੈਂਦੇ ਹਾਂ ਵੀ ਐਡਵਾਂਸ 'ਚ ਬਣਾ ਕੇ ਰੱਖ ਲੈਂਦੇ ਹਾਂ, ਜੇ ਔਡਰ ਆ ਗਿਆ ਤਾਂ ਉਹਨੂੰ ਸੇਲ ਕਰ ਦਾਂਗੇ, ਠੀਕ ਹੈ, ਵੀ ਥੋੜ੍ਹਾ ਟਾਈਮ ਹੋਵੇ ਆਪਣੇ ਕੋਲ ਟੈਸਟਿੰਗ ਵਾਸਤੇ, ਅਤੇ ਉਹ ਫਿਰ ਅੱਗੇ ਬਣਾਵਾਂਗੇ। ਫਿਲਹਾਲ ਤਾਂ ਇਹਨਾਂ ਨਾਲ ਟੈਸਟਿੰਗ ਜ਼ਿਆਦਾ ਨਹੀਂ ਕਰ ਸਕਦੇ। ਚਲੋ ਫਿਰ ਆਹ ਵਲੌਗ ਕਰਦੇ ਹਾਂ ਆਪਾਂ ਇੱਥੇ ਐਂਡ। ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਮਿਲਦੇ ਹਾਂ ਸਵੇਰੇ ਨਵੇਂ ਵਲੌਗ 'ਚ, ਅਤੇ ਚੋਰਾਂ ਸ਼ੋਰਾਂ ਨਾਲ ਕਰਦੇ ਹਾਂ ਸੈਟਅਪ 'ਤੇ ਕੰਮ ਸ਼ੁਰੂ, ਆਪਾਂ ਸ਼ੁਰੂ ਤਾਂ ਕਰ ਹੀ ਦਿੱਤਾ, ਕੰਟੀਨਿਊ ਕਰਦੇ ਹਾਂ ਬਸ।